ਔਰ ਪੰਜਾਬ ਜੀ ਜੇ ਆਪਾਂ ਗੱਲ ਕਰੀਏ ਤਾਂ 34768 ਹਥਿਆਰ ਨੇ ਇਹ ਮੈਨੇ ਇਹ ਕਹਿ ਰਿਹਾ ਐਫੀਡੇਵਿਡ ਪੰਜਾਬ ਸਰਕਾਰ ਦਾ ਡੀਜੀਪੀ ਪੰਜਾਬ ਦਾ ਜੀ ਹਾਂ ਇਹ ਐਫੀਡੇਵਿਡ ਹਾਈ ਕੋਰਟ ਵਿੱਚ ਆਇਆ ਹੈ ਡਿਸਟ੍ਰਿਕਟ ਵਾਈਜ਼ ਆਇਆ ਹੈ ਮਸਲਾ ਕੀ ਹੈ ਕਿਉਂ ਇਹ ਜਾਣਕਾਰੀ ਮੰਗੀ ਗਈ ਕਿਉਂ ਇਦਾਂ ਦੇ ਹਾਲਾਤ ਬਣੇ ਮਸਲਾ ਕੀ ਜੀ ਸਾਡੇ ਨਾਲ ਐਡਵੋਕੇਟ ਨੇ ਹਾਈ ਕੋਰਟ ਤੇ ਕਰਨ ਬਰਾਲ ਕਰਨ ਜੀ ਪਹਿਲਾਂ ਤਾਂ ਇਹ ਸਮਝਾਂਗੇ ਕਿ ਇਹ ਪੰਜਾਬ ਤੇ 34768 2019 ਤੋਂ ਲੈ ਕੇ 2023 ਦਾ ਇਹ ਡਾਟਾ ਹੈ ਇਹ ਹੁਣ ਸਾਰਾ ਡਿਸਟ੍ਰਿਕਟ ਵਾਈਜ਼ ਡਾਟਾ ਆ ਗਿਆ ਹੈ ਮਸਲਾ ਕੀ ਸੀ ਜਾਣਕਾਰੀ ਕਿਵੇਂ ਮੰਗੀ ਕੋਰਟ ਨੇ ਦੇਖੋ ਜੀ ਮਸਲਾ ਤਾਂ ਇੱਕ ਐਫ ਆਈ ਆਰ ਹੋਈ ਸੀ ਡਿਸਟ੍ਰਿਕਟ ਫਾਜ਼ਿਲਕਾ ਵਿੱਚ ਇੰਟਰਸੈਕਸ਼ਨ 307 ਜਿਹਦੇ ਵਿੱਚ ਕੀ ਵੈਪਨ ਯੂਜ਼ ਹੋਇਆ ਸੀਗਾ ਗਨ ਸ਼ਾਟ ਇੰਜਰੀ ਲੱਗੀ ਸੀ ਉੱਥੇ ਵਿਕਟਮ ਨੂੰ ਉਹਦੀ ਰਿਗਾਰਡਿੰਗ ਅਸੀਂ ਬੀਲ ਫਾਈਲ ਕੀਤੀ ਸੀ ਉਹ ਡੂਰਿੰਗ ਦੀ ਆਰਗੂਮੈਂਟ ਉਦੋਂ ਉਸ ਦੇ ਵਿੱਚ ਜੱਜ ਸਾਹਿਬ ਨੂੰ ਇਹ ਲੱਗਿਆ ਜਾਂ ਉਹਨਾਂ ਨੇ ਰਿਪੋਰਟ ਮੰਗੀ ਸਟੇਟ ਆਫ ਪੰਜਾਬ ਤੋਂ ਪੁੱਛਿਆ ਵੀ ਕੰਟੀਨਿਊਸਲੀ ਇਹੋ ਜੇ ਮੈਟਰ ਰੂਟੀਨ ਦੇ ਵਿੱਚ ਆ ਰਹੇ ਨੇ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਲਗਾਤਾਰ ਵੈਪਨ ਨੇ ਜਿਹੜੇ ਪੰਜਾਬ ਵਿੱਚ ਯੂਜ਼ ਹੋ ਰਹੇ ਨੇ ਤਾਂ ਉਸ ਦਿਨ ਸਟੇਟ ਆਫ ਪੰਜਾਬ ਨੂੰ ਨੋਟਿਸ ਹੋਇਆ ਤੇ ਡੀਜੀਪੀ ਨੂੰ ਡਾਇਰੈਕਸ਼ਨ ਹੋਈ ਵੀ ਆ ਐਫੀਡੇਵਿਟ ਫਾਈਲ ਕਰਨ ਲਾਸਟ ਵਿਦਿਨ 5 ইয়ার্স ਕਿੰਨੇ ਟੋਟਲ ਜਿਹੜੇ ਆਮ লাইসেনਸ ਹੈ ਉਹ ਪੰਜਾਬ ਦੇ ਵਿੱਚ ইস্যੂ ਹੋਏ ਨੇ ਕਿਸ-ਕਿਸ ਕੈਟਾਗਰੀ ਚ ਹੋਏ ਨੇ ਤੇ ਕਿਹੜੀ ਡਿਸਟ੍ਰਿਕਟ ਚ ਕਿੰਨੇ ਹੋਏ ਨੇ ਇਸ ਡੇਟ ਤੇ ਲਾਸਟ ਡੇਟ ਤੇ ਐਫੀਡੇਵਿਟ ਡੀਜੀਪੀ ਦਾ ਆਇਆ ਜ ਜਿਹਦੇ ਵਿੱਚ ਤੁਸੀਂ ਇਹਨਾਂ ਦੱਸ ਰਹੇ ਹੋ 34768 ਟੋਟਲ ਲਾਇਸੈਂਸ ਬਣੇ ਵਿਦਿਨ ਲਾਸਟ 5 ਇਅਰ ਗੁਰਦਾਸਪੁਰ ਵਿੱਚ ਸਭ ਤੋਂ ਜ਼ਿਆਦਾ ਲਾਇਸੈਂਸ ਬਣੇ ਹੈ ਬਟ एफिडेविट इज साइलेंट अबाउट ਵੀ ਜਿਹੜੇ ਲਾਇਸੈਂਸ इशू ਹੋਏ ਐ ਕੀ ਉਹਨਾਂ ਦੀ ਆਫਟਰ ਰੀਨਿਊਅਲ ਦੇ ਟਾਈਮ ਉਹਨਾਂ ਦੀ ਕ੍ਰਾਸ ਚੈੱਕ ਹੈ ਕੀ ਕਮੇਟੀ ਐ ਜਿਹੜੀ ਕਿ ਰਿਵਿਊ ਉਹਨੂੰ ਕਰਦੀ ਐ ਵੀ ਇਹ ਲਾਇਸੈਂਸ ਕਿਸ ਚੀਜ਼ ਵਾਸਤੇ इशू ਹੋਇਆ ਸੀ ਉਸੇ ਪਰਪਸ ਵਾਸਤੇ ਯੂਜ਼ ਹੋ ਰਿਹਾ ਕੋਈ ਸਰਪ੍ਰਾਈਜ਼ ਵਿਜ਼ਿਟ ਫਰਮ ਦੀ ਪੁਲਿਸ ਸਟੇਸ਼ਨਸ ਇਨ ਦੀ ਸੋਸ਼ਲ ਗੈਦਰਿੰਗ ਮੈਰਿਸ ਰਿਗਾਰਡਿੰਗ ਪੀਓ ਤੇ ਵੈਪਨਸ ਦਾ ਡਿਸਪਲੇ ਤਾਂ ਨਹੀਂ ਹੋ ਰਿਹਾ ਕੋਈ ਯੂਜ਼ ਤਾਂ ਨਹੀਂ ਹੋ ਰਿਹਾ ਉਹਦੇ ਰਿਗਾਰਡਿੰਗ ਜੋ ਐਫਿਡੇਵਿਟ ਬਿਲਕੁਲ ਸਾਇਲੈਂਟ ਸੀ ਤਾ ਹੁਣ ਕੋਰਟ ਨੇ ਦੁਆਰਾ ਥਰਸਡੇ ਦੀ 2nd ਆਫ ਮਈ ਵਾਸਤੇ ਮੈਟਰ ਰੱਖਿਆ ਹੈ ਤੇ ਬੈਟਰ ਐਫੀਡੇਵਿਟ ਫਾਈਲ ਕਰਨ ਨੂੰ ਕਿਹਾ ਹੈ ਡੀਜੀਪੀ ਪੰਜਾਬ ਨੂੰ ਜਿਦੇ ਵਿੱਚ ਕਿੰਨੀਆਂ ਕੁ ਉਹਨਾਂ ਨੇ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਨੇ ਵਿਦਿਨ ਲਾਸਟ 5 ਇਅਰ ਕੀ ਉਹਨਾਂ ਦੀ ਰਿਵਿਊ ਕਮੇਟੀ ਹੈ ਐਟ ਦੀ ਟਾਈਮ ਆਫ ਰੀਨਿਊਅਲ ਇਹ ਕੀ ਪ੍ਰੋਸੀਜਰ ਹੈ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੈ ਜਿਹੜਾ ਉਹ ਅਡਾਪਟ ਕਰਦੇ ਨੇ ਉਹ ਐਸਿਡ ਮੈਂ ਰੁਕਾਂਗਾ ਕਿਉਂਕਿ ਦਰਸ਼ਕਾਂ ਨੂੰ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਜਦੋਂ ਇਹ ਮਸਲਾ ਸੀਗਾ ਇੱਕ ਬੇਲ ਦਾ ਕਿਉਂਕਿ ਅਸੀਂ ਜਦੋਂ ਵੀ ਦੇਖਿਆ ਕਿ ਹਾਈ ਕੋਰਟ 'ਚ ਮਸਲਾ ਕੁਝ ਹੋਰ ਹੁੰਦਾ ਹੈ ਲੇਕਿਨ ਹਾਈ ਕੋਰਟ ਨੇ ਹਮੇਸ਼ਾ ਉਹਨੂੰ ਜ਼ਿਆਦਾ ਡਿਟੇਲ ਨਾਲ ਉਸ ਮਸਲੇ ਤੇ ਜਾਂਦਾ ਹੈ ਮਸਲਾ ਇਹ ਸੀਗਾ ਕਿ ਜਦੋਂ ਤੁਸੀਂ ਬੇਲ ਐਪਲੀਕੇਸ਼ਨ ਪਾਈ ਇੱਕ ਸ਼ਾਦੀ ਦਾ ਫੰਕਸ਼ਨ ਸੀ ਉੱਥੇ ਲੜਾਈ ਝਗੜਾ ਹੋ ਗਿਆ ਉੱਥੇ ਫਾਇਰ ਹੋ ਗਿਆ ਤਾਂ ਕੋਰਟ ਨੂੰ ਇਹ ਲੱਗਿਆ ਕਿ ਪੰਜਾਬ 'ਚ ਐਵੇਂ ਵੀ ਘਟਨਾਵਾਂ ਬਾਰ-ਬਾਰ ਹੋ ਰਹੀਆਂ ਨੇ ਭਾਵੇਂ ਡੀਜੇ ਤੇ ਫੰਕਸ਼ਨ ਤੇ ਹਥਿਆਰ ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿਉਂਕਿ ਕੰਟੀਨਿਊਸਲੀ ਜੇ ਕੋਈ ਵੀ ਐਫਆਈਆਰ ਹੁੰਦੀ ਹੈ ਵੈਪਨ ਯੂਜ਼ ਹੁੰਦੇ ਆ ਕੋਈ ਨਾ ਕੋਈ ਪਾਰਟੀ ਟੀਲ ਹਾਈ ਕੋਰਟ ਤੱਕ ਜਰੂਰ ਅਪਰੋਚ ਕਰ ਲਿਆ ਜਾਏ ਬੇਲ ਚਾਏ ਚਾਏ ਕੁਐਸ਼ਨ ਚਾਏ ਜਾਂ ਕਿਸੇ ਵੀ ਪਟੀਸ਼ਨ ਚਾਏ ਤਾਂ ਉੱਥੋਂ ਕਲੀਅਰ ਹੁੰਦਾ ਹੈ ਵੀ ਲਗਾਤਾਰ ਪੰਜਾਬ ਦੇ ਜਦੋਂ ਮੈਟਰ ਹਾਈ ਕੋਰਟ ਦੇ ਵਿੱਚ ਆਉਂਦੇ ਨੇ ਕੰਟੀਨਿਊਸਲੀ ਡੇ ਬਾਈ ਡੇ ਰੁਟੀਨ ਦੇ ਵਿੱਚ ਜੋ ਵੈਪਨ ਯੂਜ਼ ਹੈ ਪੰਜਾਬ ਦੇ ਵਿੱਚ ਉਹ ਮਸਲਾ ਵੱਧਦਾ ਹੀ ਜਾ ਰਿਹਾ ਹੈ ਉਸ ਚੀਜ਼ ਨੂੰ ਹਾਈ ਕੋਰਟ ਨੇ ਬੜੀ ਸਖਤੀ ਨਾਲ ਲਿਆ ਹੈ ਤੇ ਡੀਜੀਪੀ ਪੰਜਾਬ ਤੋਂ ਦੁਬਾਰਾ ਅਫੀਡੇਵਿਟ ਇਸੇ ਕਰਕੇ ਵਾਸਤੇ ਮੰਗਿਆ ਵੀ ਤੁਹਾਡਾ ਕੀ ਚੈੱਕ ਆਊਟ ਹੈ ਕੰਟਰੋਲ ਕੀ ਹੈ ਕਿ ਤੁਸੀਂ ਕੀ ਦੇਖਦੇ ਹੋ ਜਿਵੇਂ ਕਿ ਦੇਖੋ ਪਹਿਲਾਂ ਲਾਇਸੈਂਸ ਬਨਣ ਤੋਂ ਬਾਅਦ ਰੀਨਿਊਲ ਕਰਨ ਦਾ ਜੋ ਟਾਈਮ ਪੀਰੀਅਡ ਸੀਗਾ ਐਸ ਪਰ ਸੈਕਸ਼ਨ 15 ਉਹ 3 ਸਾਲ ਸੀਗਾ ਹੁਣ ਪਿੱਛੇ ਜੇ ਆਰਮਜ਼ ਐਕਟ ਦੇ ਵਿੱਚ ਐਮੈਂਡਮੈਂਟ ਕਰਤੀ ਜਿਹੜਾ ਉਹ ਟਾਈਮ ਆਫ 5 ਇਅਰ ਕਰਤਾ 노 ਡਾਊਟ ਦੇਖੋ ਰੀਨਿਊਲ ਦੇ ਟਾਈਮ ਲੋਕਲ ਪੁਲਿਸ ਸਟੇਸ਼ਨ ਤੋਂ ਰਿਪੋਰਟ ਮੰਗੀ ਜਾਂਦੀ ਹੈ ਡੋਪ ਟੈਸਟ ਵੀ ਹੁੰਦਾ ਹੈ ਬਟ ਉਹ ਸਾਰਾ ਪ੍ਰੋਸੀਜਰ ਪ੍ਰੋਪਰ ਫਾਲੋ ਹੁੰਦਾ ਹੈ ਕਿ ਨਹੀਂ ਹਾਈ ਕੋਰਟੇ ਦੇਖਣਾ ਚਾਹੁੰਦੀ ਹੈ ਬਿਲਕੁਲ ਇਦੇ ਵਿੱਚ ਇੱਕ ਹੋਰ ਮੈਂ ਐਡ ਕਰਨਾ ਚਾਹਨਾ ਜਾਣਕਾਰੀ ਜਿਹੜਾ ਫਿਲੇਵਿਟ ਦਿੱਤਾ ਹੈ ਉਹਦੇ ਵਿੱਚ ਮੈਂ ਕਹਾਵਾਂਗਾ ਕਿ ਵੀਜੇ ਨੂੰ ਇਸ ਟੋਟਲ ਤੇ ਨਜ਼ਰ ਮਾਰੀ ਜਾਏ ਇਹ ਹੈਗਾ 32303 ਜਿਹੜਾ ਟੋਟਲ ਹੈ ਇਹ ਟੋਟਲ ਹੈਗਾ ਸੈਲਫ ਡਿਫੈਂਸ ਯਾਨੀ ਕਿ ਕੈਟਾਗਰੀ ਹੈ ਕਿ ਕਿਹੜੇ ਕਿਹੜੇ ਕੈਟਾਗਰੀ ਚ ਕਿੰਨੇ ਹਥਿਆਰ ਦਿੱਤੇ ਗਏ ਤਾਂ ਕਰਨ ਦੀ ਜਿਹੜੀ ਟੋਟਲ ਹੈ 32303 ਟੋਟਲ 34768 ਨੇ 32303 ਸੈਲਫ ਡਿਫੈਂਸ ਵਾਸਤੇ ਨੇ ਦੇਖੋ ਕੋਰਟ ਦਾ ਉਸ ਦਿਨ ਫਰਸਟ ਡੇ ਹੀアリング ਦੇ ਵੀ ਕੋਰਟ ਦਾ ਇਹ ਵੀ ਉਸ ਦਿਨ ਕਮੈਂਡ ਸੀਗਾ ਵੀ ਇੰਨੇ ਹੀ ਪੰਜਾਬ ਦੇ ਵਿੱਚ ਅਗਰ ਤੁਸੀਂ ਇੰਨੇ ਲਾਇਸੈਂਸ ਇਸ਼ੂ ਕੀਤੇ ਹੋਏ ਆ ਤਾਂ ਫਿਰ ਉੱਥੇ ਪੁਲਿਸ ਦੀ ਕੀ ਨੀਡ ਹੈ ਜੇ ਬੰਦਾ ਆਪਦੇ ਸੈਲਫ ਡਿਫੈਂਸ ਵਾਸਤੇ ਇੰਨੇ ਵੈਪਨ ਲੈ ਕੇ ਆ ਰਿਹਾ ਹੈ ਤਾਂ ਦਨ देयर इज नो ਨੀਡ ਟੂ ਪ੍ਰੋਟੈਕਟ ਦੀ ਸਿਟੀਜ਼ਨਸ ਇਨ ਦੀ ਪੰਜਾਬ ਇਨ ਦੀ ਸਟੇਟ ਆਫ ਪੰਜਾਬ ਤਾ ਉਸ ਚੀਜ਼ ਤੇ ਬਿਲਕੁਲ ਕਮੈਂਟ ਸੀਗਾ ਇਵਨ ਲਾਸਟ ਡੇਟ ਵੀ ਲਿਖਿਆ ਗਿਆ ਵੀ ਪੰਜਾਬ ਦੇ ਵਿੱਚ ਐਜ਼ ਅ ਟੁਆਏ ਗੰਦੀ ਤਰ੍ਹਾਂ ਜਿਹੜੇ ਹੈ ਹਰ ਕੋਈ ਇਹਨੂੰ ਲੈ ਕੇ ਘੁੰਮ ਰਿਹਾ ਹੈ ਇਵਨ ਦੇਖੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਸੁਦੀਰ ਸੂਰੀ ਦੇ ਮਰਡਰ ਤੋਂ ਬਾਅਦ ਉਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਵੀ ਜਿਸ ਆਈਸੀ ਪੰਜਾਬ ਸਰਕਾਰ ਦੀ ਨਵੰਬਰ 2022 ਦੇ ਵਿੱਚ ਜਿਹਦੇ ਵਿੱਚ ਬੈਨ ਕੀਤੇ ਸੀ ਔਨ ਦੀ ਡਿਸਪਲੇ ਆਫ ਵੈਪਨਸ ਔਨ ਸੋਸ਼ਲ ਮੀਡੀਆ ਪਬਲਿਕ ਗੈਦਰਿੰਗ ਦੇ ਵਿੱਚ ਮੈਰिज ਦੇ ਵਿੱਚ ਬਟ ਉਹਨਾਂ ਦੀ ਕਿੰਨੀ ਕ ਕੰਪਲਾਈਂਸ ਹੋਈ ਇਹ ਹਾਈ ਕੋਰਟ ਦੇਖਣਾ ਚਾਹੀਦਾ ਹੈ ਜੇ ਆਪਾਂ ਗੱਲ ਕਰੀਏ ਕਰਨ ਜੀ ਗੁਰਦਾਸਪੁਰ ਡਿਸਟ੍ਰਿਕਟ ਨੰਬਰ 1 ਤੇ 4928 ਹਥਿਆਰ ਉੱਥੇ ਅ ਦਿੱਤੇ ਗਏ ਨੇ ਰਾਜਾ ਜੀ ਹਸਰੇ ਨੇ ਗੁਰਦਾਸਪੁਰ ਤੋਂ ਰਾਜੇ ਤੁਸੀਂ ਵੀ ਠੀਕ ਹੈ ਜੀ ਉੱਥੇ ਫਿਰ ਬਾਰਡਰ ਏਰੀਆ ਦੇ ਕਰਕੇ ਸੈਲਫ ਡਿਫੈਂਸ ਲਈ ਲੋਕਾਂ ਨੂੰ ਲੋੜ ਵੀ ਜ਼ਿਆਦਾ ਜੀ ਜੋ ਹਾਲਾਤ ਨੇ ਇਸ ਟਾਈਮ ਪੰਜਾਬ ਦੇ ਸਾਡੇ ਕੋਲ ਵੀ ਹੈਗੇ ਨੇ ਜੀ ਨਹੀਂ ਸਾਡੇ ਕੋਲੇ ਲਾਇਸੈਂਸ ਨਹੀਂ ਹੈ ਹਜੇ ਵੈਸੇ ਕੋਈ ਜ਼ਰੂਰਤ ਨਹੀਂ ਹੈ ਨਹੀਂ ਮੈਨੂੰ ਲੱਗਦਾ ਬਟ ਕੁਝ ਹੱਦ ਤੱਕ ਪੰਜਾਬ ਦੇ ਜੋ ਰੁਟੀਨ ਦੇ ਵਿੱਚ ਹਾਲਾਤ ਬਣ ਰਹੇ ਨੇ ਉਸ ਨੂੰ ਦੇਖ ਕੇ ਲੱਗਦਾ ਵੀ ਜ਼ਰੂਰਤ ਵੀ ਹੈ ਬਟ ਸਿਰਫ ਇਹਦਾ ਯੂਜ਼ ਹੈ ਅਨ ਇਲੀਗਲ ਉਹ ਕੰਟਰੋਲ ਕਰਨ ਦੀ ਜ਼ਰੂਰਤ ਹੈ ਇਹਨਾਂ ਨੂੰ ਬੈਨ ਕਰਨ ਦੀ ਇੰਨੀ ਕੋਈ ਜ਼ਰੂਰਤ ਨਹੀਂ ਹੈ ਜੋ ਮੇਰੇ ਵਿਚਾਰ ਦੇ ਅਕੋਰਡਿੰਗ ਕਿਉਂਕਿ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਬਠਿੰਡਾ 2860 ਨੇ ਔਰ ਉਸ ਤੋਂ ਬਾਅਦ ਆ ਜਾਂਦਾ ਜੀ ਅੰਮ੍ਰਿਤਸਰ 220 ਅੰਮ੍ਰਿਤਸਰ ਬਠਿੰਡਾ ਗੁਰਦਾਸਪੁਰ ਇਹ ਡਿਸਟ੍ਰਿਕਟਾਂ 'ਚ ਹਥਿਆਰ ਜ਼ਿਆਦਾ ਨੇ ਸੈਲਫ ਡਿਫੈਂਸ ਆ ਜਾਏ ਕਿਸੇ ਨੂੰ ਧਮਕੀ ਮਿਲੀ ਆ ਜਾਂ ਕਿਸੇ ਨੇ ਫਸਲਾਂ ਦੀ ਲੇਕਿਨ ਹਥਿਆਰ ਤਿੰਨ ਡਿਸਟ੍ਰਿਕਟਾਂ ਦੇ ਹਾਈਐਸਟ ਯਾਨੀ ਕਿ ਟੌਪ ਹੈ ਨਾ ਚ ਕੁਛ ਤਾਂ ਵੀ ਦੇਖੋ ਜੀ ਬਠਿੰਡਾ ਡਿਸਟ੍ਰਿਕਟ ਵੀ ਵੱਡੀ ਹੈ ਦੂਸਰੀ ਡਿਸਟ੍ਰਿਕਟ ਨਾਲੋਂ ਅੰਮ੍ਰਿਤਸਰ ਵੀ ਬਾਰਡਰ ਏਰੀਆ ਹੈ ਗੁਰਦਾਸਪੁਰ ਵੀ ਬਾਰਡਰ ਏਰੀਆ ਹੈ ਤੇ ਪਿਛਲੇ ਕੁ ਸਮੇਂ ਤੋਂ ਪੰਜਾਬ ਦਾ ਮਾਹੌਲ ਵੀ ਜਿਹੜਾ ਥੋੜਾ ਵਿਗੜਿਆ ਹੋਇਆ ਹੈ ਜਿਹੜਾ ਕੁਝ ਲੁੱਟਖੋਹਾਂ ਚੱਲ ਰਹੀਆਂ ਨੇ ਬੜੀ ਆਪਾਂ ਦੇਖਦੇ ਆਂ ਇਨ ਡੇ ਟ ਬੜੇ ਵਾਰੀ ਥ੍ਰੈਟ ਪਰਸੈਪਸ਼ਨਸ ਹੈ ਡੇ ਟਾਈਮ ਵੀ ਬੜੇ ਇਨਸੀਡੈਂਟ ਹੁੰਦੇ ਆ ਕ੍ਰਾਈਂਦੇ ਬਹੁਤ ਹੱਦ ਤੱਕ ਦੇਖਿਆ ਜਾਵੇ ਤਾਂ ਸੈਲਫ ਪ੍ਰੋਟੈਕਸ਼ਨ ਵਾਸਤੇ ਜ਼ਰੂਰਤ ਹੈ ਬਟ ਓਨਲੀ ਜਿਹੜੀ ਐ ਸਟੇਜ ਤੇ ਜ਼ਰੂਰਤ ਹੈ ਕਿ ਇਹਨਾਂ ਦਾ ਇਲੀਗਲ ਯੂਜ਼ ਆ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਲਾਸਵਾਲ ਕਿ ਹੁਣ ਵੀਰਵਾਰ ਨੂੰ ਦੋ ਮਹੀਨوں ਹਾਈ ਕੋਰਟ ਵਿੱਚ ਬੈਟਰ ਐਫੀਡੇਵਿਟ ਦੀ ਗੱਲ ਕੀਤੀ ਗਈ ਹੈ ਇਹ ਐਫੀਡੇਵਿਟ ਵਿੱਚ ਵੀ ਡੀਟੇਲ ਕਾਫੀ ਹੈ ਲੇਕਿਨ ਕੋਰਟ ਨੇ ਜਿਹੜੀ ਡੀਟੇਲ ਮੰਗੀ ਹੈ ਕਿ ਤੁਸੀਂ ਲਾਇਸੈਂਸ ਦਿੱਤੇ ਵਪਨ ਦੇਤੇ ਲੇਕਿਨ ਇਹ ਕਿਵੇਂ ਯੂਜ਼ ਹੋ ਰਹੇ ਨੇ ਸਮੇ ਸਮੇ ਤੇ ਚੈੱਕ ਰੱਖਿਆ ਜਾਂਦਾ ਨਹੀਂ ਜਾਂਦਾ ਉਹਦੇ ਜਾਣਕਾਰੀ ਹੁੰਦੇਣੀ ਪੈਂਦੀ ਦੇਖੋ ਜਿਹੜਾ ਇਹ ਐਫੀਡੇਵਿਟ ਹੈ ਇਹ ਸਿਰਫ ਇਹ ਵੀ ਟੋਟਲ ਕਿਨੇ ਪਰ ਡਿਸਟ੍ਰਿਕਟ ਕਿੰਨੇ ਹੈ ਕਿਸ ਕੈਟਾਗਰੀ ਚ ইস্যੂ ਹੈ ਇਹਦੇ ਉਪਰ ਇਸ ਡੈਫੀਡੇਟ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂਗਾ ਜਿਦੇ ਵਿੱਚ ਜੋ ਪੰਜਾਬ ਪੁਲਿਸ ਜਾਂ ਸਰਕਾਰ ਉਸ ਨੂੰ ਰੂਟੀਨ ਦੇ ਵਿੱਚ ਕੀ ਚੈੱਕ ਅਪ ਕਰਦੀ ਹੈ ਉਹਨਾਂ ਦਾ ਕੀ ਉਹਨਾਂ ਦੀ ਸਕਰੂਟੀਨੀ ਕਰਦੀ ਹੈ ਕਿਸ ਪਰਪਸ ਵਾਸਤੇ ਯੂਜ਼ ਹੋਇਆ ਯੂਜ਼ ਹੋ ਰਿਹਾ ਕਿ ਨਹੀਂ ਹੋ ਰਿਹਾ ਔਰ ਕਿੰਨੇ ਸਰਪ੍ਰਾਈਜ਼ ਵਿਜ਼ਿਟ ਕਰਕੇ ਜਿੱਥੇ ਇਲੀਗਲ ਯੂਜ਼ ਹੋ ਰਿਹਾ ਉਹ ਕਿੰਨੇ ਉਹਨਾਂ ਨੇ ਸੀਜ਼ ਕੀਤੇ ਹੈ ਇਸ ਤਰ੍ਹਾਂ ਦਾ ਜੋ ਹੈ ਹਾਈ ਕੋਰਟ ਨੇ ਚੀਜ਼ਾਂ ਪੁੱਛੀਆਂ ਜਿਹਦੇ ਰਿਗਾਰਡਿੰਗ ਹੈ ਐਫੀਡੇਵਿਟ ਬਿਲਕੁਲ ਸਾਇਲੈਂਟ ਸੀ ਤਾਂ ਹੁਣ ਦੇਖਦੇ ਹਾਂ ਨੈਕਸਟ ਥਰਸਡੇ ਤੇ ਐਫੀਡੇਵਿਟ ਕਿਸ ਤਰ੍ਹਾਂ ਦਾ ਆਉਂਦਾ ਬਹੁਤ ਬ ਤਾ ਹਾਈ ਕੋਰਟ ਵਿੱਚ ਹੁਣ ਇੱਕ ਹੋਰ ਐਫੀਡੇਵਿਟ ਮੰਗਿਆ ਗਿਆ ਹੈ ਜਿਹੜਾ ਐਫੀਡੇਵਿਟ ਪਿਛਲੀ ਵਾਰ ਦਿੱਤਾ ਗਿਆ ਉਹਦੇ ਵਿੱਚ ਡਿਸਟ੍ਰਿਕਟ ਵਾਈਜ਼ ਵੇਰਵਾ ਦਿੱਤਾ ਗਿਆ ਕਿ ਕਿਹੜੇ ਡਿਸਟ੍ਰਿਕਟ ਚ ਕਿੰਨੇ ਹਥਿਆਰ ਦਿੱਤੇ ਗਏ ਨੇ ਕੈਟਾਗਰੀ ਵਾਈਜ਼ ਸੈਲਫ ਡਿਫੈਂਸ ਦੇ ਕਿੰਨੇ ਨੇ ਹੁਣ ਹਾਈ ਕੋਰਟ ਨੇ ਜਾਣਕਾਰੀ ਮੰਗੀ ਹੈ ਕਿ ਜਿਹੜੇ ਤੁਸੀਂ ਵਪਨ ਦਿੱਤੇ ਨੇ ਉਹ ਸਮੇਂ-ਸਮੇਂ ਤੇ ਤੁਸੀਂ ਚੈੱਕ ਕਰਦੇ ਹੋ ਜਾਂ ਨਹੀਂ ਕਿ ਇਹਨਾਂ ਦਾ ਵਰਤੋਂ ਕਿਵੇਂ ਹੋ ਰਿਹਾ ਹੈ ਇਹਨਾਂ ਦਾ ਪ੍ਰੋਸੀਜਰ ਕੀ ਹੈ 체కింగ్ ਟੀਮਾਂ ਤੁਹਾਡੀ ਜਾਂਦੇ ਕਿ ਨਹੀਂ ਜਾਂਦੇ ਕਿਉਂਕਿ ਪਿਛਲੇ ਕੁਝ ਸਮੇਂ ਚ ਹਾਈ ਕੋਰਟ ਦਾ ਇਹ ਮੰਨਣਾ ਹੈ ਕਿ ਵਿਆਹ ਸ਼ਾਦੀਆਂ ਦੀ ਗੱਲ ਹੋਏ ਜਾਂ ਕਿਤੇ ਹੋਰ ਗੱਲ ਹੋਏ ਸੋਸ਼ਲ ਗੈਦਰਿੰਗ ਦੀ ਉੱਥੇ ਹਥਿਆਰ ਚੱਲਦੇ ਨੇ ਤਾਂ ਖਿਡੌਣਾ ਦੀ ਤਰ੍ਹਾਂ ਹਥਿਆਰਾਂ ਦਾ ਪ੍ਰਯੋਗ ਪੰਜਾਬ ਚ ਹੋ ਰਿਹਾ ਹੈ ਹਾਈ ਕੋਰਟ ਦਾ ਮੰਨਣਾ ਹੁਣ 2 ਮਈ ਨੂੰ ਅਗਲੀ ਸੁਣਵਾਈ ਹੈ ਦੇਖਣਾ ਹੋਏਗਾ ਐਫੀਡੇਵਿਟ ਕੀ ਆਂਦਾ ਹੈ